जिला स्वास्थ्य अधिकारी डॉक्टर जतिंदर कुमार भाटिया ने बताया कि त्योहारों के सीजन के चलते हलवाइयों द्वारा बड़े पैमाने पर मिठाइयां बनाई जा रही हैं और कई मिलावटखोर अधिक पैसा कमाने के चक्कर में लोगों की सेहत के साथ खिलवाड़ कर रहे हैं, लेकिन स्वास्थ्य विभाग उन पर कड़ी नजर रख रहा है और किसी भी गलत काम करने वालों को बख्शा नहीं जाएगा। उन्होंने जिले के सभी ढाबों, हलवाइयों, बेकरियों तथा कोई भी खाद्य पदार्थ बनाने वालों को एप्रन, टोपी, दस्ताने और मास्क पहनने के निर्देश दिए। उन्होंने हलवाइयों को सरकार द्वारा मंजूर किए गए रंगों को तय मात्रा में इस्तेमाल करने के निर्देश दिए। होशियारपुर से गौरव भारद्वाज की रिपोर्ट। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤਿਉਹਾਰੀ ਸੀਜ਼ਨ ਚੱਲ ਰਿਹਾ, ਅਸੀਂ ਮਿਠਾਈਆਂ ਦੀਆਂ ਜਿੱਥੇ ਮੈਨੂਫੈਕਚਰਿੰਗ ਹੋ ਰਹੀਆਂ ਜਾਂ ਕੋਈ ਵੀ ਇੱਦਾਂ ਆਈਟਮ ਜਿੱਥੇ ਬਣ ਰਹੀਆਂ ਆ, ਉੱਥੇ ਅਸੀਂ ਫਰੀਕੁਐਂਟਲੀ ਵਿਜ਼ਿਟ ਕਰ ਰਹੇ ਹਾਂ। ਔਰ ਉਹਦੇ ਦੌਰਾਨ ਹੀ ਅਸੀਂ ਅੱਜ ਮੁਕੇਰੀਆਂ ਦਾ ਵੀ ਟੂਰ ਲਾਇਆ, ਜਿੱਥੇ ਜਿਹੜੀ ਇੱਥੇ ਇੱਕ ਵੱਡੀ ਜਿਹੀ ਮੈਨੂਫੈਕਚਰਿੰਗ ਸਾਈਟ ਹੈਗੀ ਹੈ। ਰਸਗੁੱਲੇ, ਗੁਲਾਬ ਜਾਮੁਨ ਔਰ ਜਿੰਨੀਆਂ ਵੀ ਬਾਕੀ ਤਰ੍ਹਾਂ ਦੀ ਮਿਠਾਈਆਂ ਬਣਦੀਆਂ, ਇੱਥੇ ਪੇਠਾ ਵਗੈਰਾ ਵੀ ਬਣਦਾ ਆ, ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਹਾਂ। ਇਹਨਾਂ ਦੇ ਇੱਥੇ ਥੋੜ੍ਹੀਆਂ ਬਹੁਤੀਆਂ ਸਾਨੂੰ ਵੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ, ਇਹਨਾਂ ਨੂੰ ਪਹਿਲੇ ਵੀ ਅਸੀਂ ਦਿੱਤਾ ਸੀ ਸੁਧਾਰ ਕਰਨ ਲਈ, ਉਹ ਕਮੀਆਂ ਪੇਸ਼ੀਆਂ ਹੈ, ਕਰ ਸਕਦੇ ਆ ਸੁਧਾਰ, ਕੋਈ ਉਹ 'ਚ ਵੱਡੀ ਗੱਲ ਨਹੀਂ ਹੈ। ਔਰ ਇਹਨਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਹਾਂ ਕਿ ਇਹ ਕਮੀਆਂ ਪੇਸ਼ੀਆਂ ਜਲਦੀ ਤੋਂ ਜਲਦੀ ਵਿਦ ਇਨ 10 ਡੇਜ਼ ਇਹ ਪੂਰੀਆਂ ਕਰਨ, ਐਟਲੀਸਟ 1 ਵੀਕ 'ਚ, ਕਿਉਂਕਿ ਇਹ ਤਿਉਹਾਰੀ ਸੀਜ਼ਨ 'ਚ ਅਸੀਂ ਨਹੀਂ ਚਾਹੁੰਦੇ ਕਿ ਜੋ ਲੋਕਾਂ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਹੋਵੇ। ਸੋ ਇਹਨਾਂ ਨੂੰ ਖਾਸ ਚੇਤਾਵਨੀ ਹੈਗੀ ਹੈ ਔਰ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾ ਰਹੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਆ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਤੋਂ। ਦੂਸਰੀ ਗੱਲ ਹੈਗੀ ਹੈ ਕਿ ਇਹਨਾਂ ਕੋਲ ਮਾੜਾ ਜਿਹਾ ਸਮਾਨ ਆਪਾਂ ਨੂੰ ਲੱਭਿਆ ਵੀ ਹੈ ਕਿ ਜਿਹੜਾ ਮਿਆਦ ਪੁੱਗਾ ਹੈਗਾ ਸੀ ਉਹਨੂੰ ਇਮੀਡੀਏਟਲੀ ਅਸੀਂ ਸਟਵਾਇਆ ਵੀ ਹੈ ਔਰ ਮੈਡੀਕਲ ਵੀ ਚੈੱਕ ਕੀਤੇ ਆ। ਮੈਡੀਕਲ ਇਹਨਾਂ 'ਚ ਥੋੜ੍ਹੀ ਕਮੀ ਪੇਸ਼ੀ ਆਈ ਹੈ, ਉਹ ਵੀ ਦੁਬਾਰਾ ਇਹਨਾਂ ਨੂੰ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ। ਬਾਕੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਇਹ ਕੰਪਲਾਈ ਕਰਦੇ ਆ। ਇਹ ਸਾਰਿਆਂ ਨੂੰ ਇੰਸਟਰਕਸ਼ਨ ਹੈਗੀ ਆ ਜਾਂ ਚੇਤਾਵਨੀ ਹੈਗੀ ਆ ਮੇਰੇ ਵੱਲੋਂ ਸਾਰੇ ਮੈਨੂਫੈਕਚਰਿੰਗ ਵਾਲਿਆਂ ਨੂੰ ਕਿ ਜਿਹੜੇ ਵੀ ਮਿਠਾਈ ਦਾ ਜਾਂ ਖਾਣ ਪੀਣ ਦਾ ਸਮਾਨ ਕਰਦੇ ਆ, ਬਣਾਉਂਦੇ ਆ, ਉਹ ਇੱਦਾਂ ਦੀਆਂ ਗਲਤੀਆਂ ਨਾ ਕਰਨ ਔਰ ਇਹਦੇ 'ਚ ਇੰਪਰੂਵਮੈਂਟ ਲਿਆਉਣ। ਜਾਲੀ ਵਾਲਾ ਦਰਵਾਜ਼ਾ ਪੱਕੇ ਤੌਰ 'ਤੇ ਹੋਣਾ ਚਾਹੀਦਾ ਤਾਂ ਕਿ ਮੱਖੀਆਂ ਅੰਦਰ ਨਾ ਐਂਟਰ ਕਰ ਸਕਣ। ਜਿਹੜੇ ਪੱਖੇ ਪੁੱਖੇ ਲੱਗੇ ਹੋਣੇ ਚਾਹੀਦੇ ਆ ਮੁਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਉਹ ਪਸੀਨਾ ਵਿੱਚ ਖਾਣ ਵਾਲੀ ਚੀਜ਼ 'ਚ ਨਾ ਪਵੇ, ਠੀਕ ਹੈ। ਉਹਨਾਂ ਨੂੰ ਟੋਪੀਆਂ ਪਾਉਣੀਆਂ ਚਾਹੀਦੀਆਂ, ਉਹਨਾਂ ਨੂੰ ਗਲਵਜ਼ ਔਰ ਮਾਸਕ ਪਾਉਣੇ ਚਾਹੀਦੇ। ਕੋਈ ਵੀ ਮੁਲਾਜ਼ਮ ਜਿਹੜਾ ਫੂਡ ਦਾ ਕੰਮ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ ਔਰ ਪਰਸਨਲ ਹਾਈਜੀਨ ਅੱਛੀ ਹੋਣੀ ਚਾਹੀਦਾ ਹੈ। ਔਰ ਈਵਨ ਜਿੱਥੇ ਬਣ ਰਹੀ ਹੈ ਉੱਥੇ ਜ਼ਰੂਰ ਹਾਈਜੀਨ ਦਾ ਖਿਆਲ ਰੱਖਣਾ ਚਾਹੀਦਾ, ਫਰਸ਼ ਨਹੀਂ ਟੁੱਟਾ ਹੋਣਾ ਚਾਹੀਦਾ, ਕੰਧਾਂ ਜਿਹੜੀਆਂ ਪ੍ਰੋਪਰ ਪਲਸਤਰ ਹੋਣੀਆਂ ਚਾਹੀਦੀਆਂ ਜਾਂ ਟਾਈਲਾਂ ਲੱਗੀਆਂ ਹੋਣੀਆਂ ਚਾਹੀਦੀਆਂ। ਇਹ ਚੀਜ਼ਾਂ ਇਤਿਆਦ ਵਜੋਂ ਕਰਨਗੇ ਫਿਰ ਹੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਖਾਣ ਪੀਣ ਦਾ ਸਮਾਨ ਖਾ ਸਕਦੇ ਹੋ। ਔਰ ਮੈਂ ਇਹਨਾਂ ਨੂੰ ਖਾਸ ਕਰ ਇਹ ਸਾਰੇ FBOs ਨੂੰ ਕਹਿਣਾ ਚਾਹੂੰਗਾ ਕਿ ਇਹਦੇ ਵੱਲ ਖਾਸ ਖਿਆਲ ਦਿੱਤਾ ਜਾਵੇ, ਪਰਸਨਲ ਹਾਈਜੀਨ ਔਰ ਜਿੰਨੀ ਵੀ ਜਗ੍ਹਾ ਹੈਗੀ ਹੈ ਉੱਥੋਂ ਦੀ ਹਾਈਜੀਨ ਜ਼ਰੂਰ ਮੇਨਟੇਨ ਕੀਤੀ ਜਾਵੇ। ਸਰ ਡਾਕਟਰ ਸਾਹਿਬ ਆਏ ਆ, ਡਾਕਟਰ ਸਾਹਿਬ ਦਾ ਵੈਲਕਮ ਹੈ ਜੀ। ਡਾਕਟਰ ਸੋਢੀ ਸਾਹਿਬ ਆਏ ਆ, ਡਾਕਟਰ ਭਾਟੀਆ ਜੀ ਆਏ ਆ ਸਾਡੇ ਕੋਲ, ਸਾਡੀ ਜਿਹੜੀ ਫੈਕਟਰੀ ਦੀ ਇੰਸਪੈਕਸ਼ਨ ਕਰਨ ਵਾਸਤੇ ਆਏ ਆ। ਸਰ ਮੈਂ ਇਹੀ ਗੱਲ ਕਹਿਣਾ ਚਾਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਇੱਦਾਂ ਹੀ ਇੰਸਪੈਕਸ਼ਨ ਹੋਈ ਸੀਗੀ ਅਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ, ਉਹ ਸਰ ਮੈਂ ਸਾਰੀਆਂ ਆਪਣੇ ਵੱਲੋਂ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਹੋ ਸਕੀਆਂ। ਵਾਈਟ ਵਾਸ਼ ਦਾ ਕੰਮ ਸੀ ਸਰ, ਮੈਂ ਵਾਈਟ ਵਾਸ਼ ਵੀ ਕੀਤੀ ਹੈ।
ਟੋਇਲਟ ਅੰਦਰ ਸੀਗੀ ਫੈਕਟਰੀ ਦੇ, ਉਹ ਵੀ ਸਰ ਮੈਂ ਬਾਹਰ ਕਢਾਈ ਹੈ। ਇੱਕ ਵਾਸ਼ਮਿਸ਼ਨ ਦਾ ਇੰਤਜ਼ਾਮ ਕੀਤਾ ਸਰ ਮੈਂ, ਬਾਕੀ ਬੰਦਿਆਂ ਦੇ ਮੈਡੀਕਲ ਨਹੀਂ ਸੀ ਹੋਏ ਤੇ ਉਹ ਮੈਡੀਕਲ ਵੀ ਸਰ ਮੈਂ ਕਰਵਾਏ ਹੈਗੇ, ਤੇ ਬਾਕੀ ਡਾਕਟਰ ਸਾਹਿਬ ਹੁਣ ਆਏ ਆ ਤੇ ਡਾਕਟਰ ਸਾਹਿਬ ਦੱਸਿਆ ਕਿ ਐਪਰਨ ਵਗੈਰਾ ਬੰਦਿਆਂ ਨੇ ਨਹੀਂ ਪਾਏ ਹੋਏ ਤੇ ਗਲਵਸ ਨਹੀਂ ਪਾਏ ਹੋਏ, ਤੇ ਉਹਨਾਂ ਦਾ ਵੀ ਸਰ ਮੈਂ ਉਹਨੂੰ ਖਾਸ ਧਿਆਨ ਰੱਖਾਂਗਾ। ਬਾਕੀ ਹੋਰ ਵੀ ਡਾਕਟਰ ਸਾਹਿਬ ਨੇ ਬੋਲਿਆ ਕਿ ਫਰਸ਼ ਇੱਕ ਦੋ ਜਗ੍ਹਾ ਤੋਂ ਟੁੱਟੇ ਦਾ ਸਰ, ਉਹ ਵੀ ਮੈਂ ਉਹਦੇ ਮਾਰਬਲਾਈਜ਼ ਕਰਾਊਂਗਾ ਸਰ ਉਹਨੂੰ ਸਾਰੇ ਨੂੰ।